ਭਾਈ ਜੀ ਪ੍ਰਾਈਵੇਟ ਸਕੂਲ ਛੱਡੋ। ਮੈਨੂੰ ਨਾਲ ਬਹਿ ਜਾਂਦਾ ਸੀਗਾ, ਮੈਨੂੰ ਇਹ ਸੀਗਾ ਸਲੂਨ ਤੇ ਲੱਗੀ ਕਿਤੇ, ਚਲ ਇਹ ਸਲੂਨ ਨਾਲ ਦੀ ਲਿਆਉਂਦੀ ਹੋਊਗੀ ਆਪਣੇ ਪਾਸ। ਕੌਣ ਹੈ ਮੇਰੀ ਵਾਈਫ ਹੈ ਸਰ ਜੀ, ਮੈਂ ਇੰਨੀ ਗਰੰਟੀ ਦਿੰਦਾ, ਮੈਂ ਦਿੱਲੀ ਜਿੰਦੀ ਐਕਟਿਵ ਬਣਾ, ਮੈਨੂੰ ਨੰਬਰ ਦੱਸ ਦਿਓ, ਸਾਰਾ ਕੁਝ ਦੱਸ ਦਿਓ, ਨਹੀਂ ਤੁਸੀਂ ਨਾਲ ਨਾ ਸਾਹਿਬ ਲਈ ਸੀਸੀਟੀਵੀ ਮੈਂ ਦਵਾਉਂਗਾ, ਸੀਸੀਟੀਵੀ ਸਰ ਜੀ ਮੈਂ ਦਵਾਉਂਗਾ, ਸੀਸੀਟੀਵੀ ਤੇ ਵਾਇਰਲ ਹੋਈਆਂ ਜੀ, ਤੁਸੀਂ ਨਾਲ ਬੈਠ ਜਾਣਾ। ਹਾਂਜੀ ਮੈਂ ਜਾਂਦਾ, ਮੈਨੂੰ ਪਤਾ ਸਕੋਪੀ ਚੋਰੀ ਹੈ ਸਰ ਜੀ, ਮੈਨੂੰ ਪੁੱਛਦਾ ਰਹਾਂ ਕਹਿੰਦੀ ਆ ਆਪਣੀ ਸ਼ੋਪ ਆਰਾਮਗੰਜ ਦੇ ਵਿੱਚ ਸਲੂਨ ਆ, ਤੇ ਉੱਥੇ ਮੈਂ ਤਾਂ ਸ਼ੋਪ ਤੇ ਸੀਗਾ, ਕਸਟਮਰ ਆਏ ਹੋਏ ਸੀ ਤੇ ਮੈਂ ਉਹਨਾਂ ਡੀਲ ਕਰ ਰਿਹਾ ਸੀਗਾ, ਤੇ ਆਪਣੀ ਫਰੰਟ ਸ਼ੋਪ ਮੁੰਡੇ ਦੀ, ਤੇ ਉਹਨੇ ਆ ਕੇ ਦੱਸਿਆ ਵੀ ਕੁੜੀ ਐਂ ਕਰਕੇ ਚਾਬੀ ਲਾ ਰਹੀ ਸੀਗੀ ਮੇਰੀ ਐਕਟਿਵਾ ਨੂੰ, ਤੇ ਜਦੋਂ ਕਸਟਮਰ ਗਏ ਮੈਂ ਬਾਹਰ ਨਿਕਲ ਕੇ ਦੇਖਿਆ, ਤੇ ਮੈਂ ਮੁੰਡੇ ਨੂੰ ਪੁੱਛਿਆ, ਮੈਂ ਕਿਹਾ ਵੀ ਕੀ ਕਿੱਥੇ ਆ ਕੁੜੀ ਉਹ, ਮੁੰਡੇ ਨੂੰ ਮਗਰ ਗਏ ਆ ਤੇ ਵਾਪਸ ਆ ਰਹੀ ਸੀ ਆਰਾਮਗੰਜ ਨੁੱਕਰ ਤੇ ਸੀਗੇ, ਤੇ ਮੈਂ ਟਿਕਟ ਡੱਬੇ ਕਰਵਾ ਕੇ ਰੋਕ ਲਿਆ, ਮੈਂ ਕਿਹਾ ਤੂੰ ਮੇਰੀ ਐਕਟਿਵਾ ਨੂੰ ਚਾਬੀ ਲਾਈ ਆ, ਕਹਿੰਦਾ ਨਹੀਂ ਬਈ ਮੈਂ ਲਾਈ ਨੀ, ਮੈਂ ਕਿਹਾ ਮੇਰੇ ਕੋਲ ਰਿਕਾਰਡਿੰਗ ਪਈ ਆ ਨਾਲ ਦੇ ਕੈਮਰੇ ਮੁੰਡੇ ਦੱਸਿਆ, ਕਹਿੰਦੇ ਮੰਨ ਗਈ ਬਾਅਦ ਇੱਥੇ ਪਿੱਛੋਂ ਮੁੰਡੇ ਹੋਰ ਆ ਗਏ, ਉਹਨਾਂ ਨੇ ਕਹਿੰਦੇ ਕਹਿੰਦੇ ਸਾਡੀ ਐਕਟਿਵਾ ਕਿਸੇ ਦੇ ਮੋਟਰਸਾਈਕਲ ਕੋਲ ਚੋਰੀ ਹੋਇਆ ਵਾ, ਫਿਰ ਮੰਨ ਗਏ ਤੇ ਉਹਦੇ ਪਰਸ ਚੋਂ ਚਾਬੀਆਂ ਨਿਕਲੀਆਂ ਵਾਹਵਾ ਸਾਰੀਆਂ, ਜਿਹੜੀ ਮੇਰੇ ਜਾਣੀ ਕਿ ਆ ਗੁੱਛਾ ਨਿਕਲਿਆ ਦੇਖੋ ਜੀ, ਜਿਹੜੀ ਮੇਰੀ ਐਕਟਿਵਾ ਨੂੰ ਚਾਬੀ ਲਾਈ ਸੀ ਉਹ ਵੀ ਉਹਦੇ ਕੋਲ ਨਿਕਲੀ ਹੈ, ਤੇ ਇੱਥੇ ਆ ਕੇ ਮਗਰ ਹੋਰ ਮੁੰਡੇ ਆ ਗਏ ਜਿਹੜੇ, ਫਿਰ ਉਹਦੇ ਤਹਿਤ ਸਾਰੇ ਫੜ ਕੇ ਪੁੱਛ ਪੜਤਾਲ ਹੋਈ ਆ, ਫਿਰ ਮੰਨ ਗਏ ਕਹਿੰਦੇ ਚੋਰੀ ਕੀਤੀ ਆ, ਇੱਕ ਐਕਟਿਵਾ ਕਹਿੰਦੇ ਚੋਰੀ ਕਰਕੇ ਬੈਂਕ ਮੂਹਰੇ ਖੜੀ ਗਈ ਸੀ, ਇਹ ਗੱਲ ਬਾਤ ਮਿੱਤਲ ਹਸਪੀਟਲ ਕੋਲ, ਮਿੱਤਲ ਹਸਪੀਟਲ ਕੋਲ ਇਹ ਮੁੰਡਾ ਕੁੜੀ ਸੀ, ਹਸਬੈਂਡ ਵਾਈਫ ਕਹਿੰਦੇ ਇਹ, ਬਾਕੀ ਕੋਈ ਪਤਾ ਨੀ, ਬਾਕੀ ਪੁੱਛ ਪੜਤਾਲ ਹੋ, ਨਹੀਂ ਵੀਰੇ ਇਹਨਾਂ ਦਾ ਨੀ ਪਤਾ, ਕਾਰ ਤੇ ਫਿਰੋਜ਼ਪੁਰ ਲਿਖਿਆ ਵਾ ਇਹਨਾਂ ਦੇ, ਜਿਹੜਾ ਆਧਾਰ ਕਾਰਡ ਚੈੱਕ ਕੀਤੇ ਆ ਫਿਰੋਜ਼ਪੁਰ ਲਿਖੇ ਸੀ, ਇੱਥੇ ਵੀ ਕੀਤਾ ਕਾਲ ਮੁੰਡਿਆਂ ਨੇ ਕੀਤੀ ਆ।